सो हुण मैं बेनती करूंगा एडवोकेट संजीव पौरा जी वो भी कुछ समय ले आके आप जी नूं अपने विचारां नाल संबोधन करनगे। श्री संजीव पौरा जी श्री गुरु ग्रंथ साहब जी की पवित्र हजूरी विच जुड़ बैठी साध संग मैं सब तो पहला सारिआं नूं जय भीम जय प्रबुद्ध भारत नमो बुद्धाय जय गुरदेव धन गुरदेव फतेह बुलाउंदा हाँ। साथियों जिवें कि आपां नूं सारिआं नूं पता ही है कि साडे बहुत ही सत्कारयोग माता जीत कौर जी जो पिछले समय ਸਾਡੇ ਕੋਲੋਂ ਸਰੀਰਕ ਤੌਰ ਤੇ ਸਦੀਵੀ ਵਿਛੋੜਾ ਲੈ ਗਏ ਹਨ ਅੱਜ ਅਸੀਂ ਉਹਨਾਂ ਦੀ ਅੰਤਮ ਅਰਦਾਸ ਉੱਪਰ ਔਰ ਸ਼ਰਧਾਂਜਲੀ ਸਮਾਗਮ ਉੱਪਰ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੀਆਂ ਸ਼ਖਸੀਅਤਾਂ ਨਾਮਵਰ ਵਿਅਕਤੀ ਰਿਸ਼ਤੇਦਾਰ ਪਰਿਵਾਰਕ ਮੈਂਬਰ ਇਕੱਠੇ ਹੋਏ ਹਾਂ ਜਿੱਥੇ ਮੈਂ ਉਹਨਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ ਉੱਥੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਉਹ ਭਾਵੇਂ ਸਰੀਰਕ ਤੌਰ 'ਤੇ ਸਾਡੇ ਦਰਮਿਆਨ ਨਹੀਂ ਰਹੇ ਪਰ ਵਿਚਾਰਕ ਤੌਰ 'ਤੇ ਉਹ ਹਮੇਸ਼ਾ ਸਾਡੇ ਦਰਮਿਆਨ ਰਹਿਣਗੇ। ਉਹਨਾਂ ਦੇ ਸਪੁੱਤਰ ਮਾਣਯੋਗ ਅਮਰਜੀਤ ਬੰਗੜ ਜੀ ਜੋ ਵਿਦੇਸ਼ਾਂ ਵਿੱਚ ਬੈਠੇ ਹੋਏ ਵੀ ਉਹਨਾਂ ਦਾ ਜਿਹੜਾ ਦਿਲ ਦਿਮਾਗ ਉਹ ਇਸ ਸਮਾਜ ਦੇ ਲਈ ਇਸ ਬਹੁਜਨ ਸਮਾਜ ਦੀ ਮੁਕਤੀ ਦੇ ਲਈ ਉਹਨਾਂ ਦਾ ਵਿਦੇਸ਼ਾਂ ਦੇ ਵਿੱਚ ਬੈਠਿਆ ਹੋਇਆ ਵੀ ਦਿਲ ਧੜਕਦਾ ਹੈ ਔਰ ਉਹ ਹਮੇਸ਼ਾ ਤਤਪਰ ਰਹਿੰਦੇ ਹਨ। ਮੈਨੂੰ ਪਿਛਲੇ ਦਿਨੀ ਉਹਨਾਂ ਦਾ ਫੋਨ ਆਇਆ ਕਿ ਅਸੀਂ 14 ਅਪ੍ਰੈਲ ਨੂੰ ਹਦੀਆਬਾਦ ਫਗਵਾੜਾ ਵਿਖੇ ਸਮਰਾਟ ਅਸ਼ੋਕਾ ਬੀਬੀ ਫਾਤਿਮਾ ਸ਼ੇਖ ਜਿਹੜੀ ਪਹਿਲੀ ਮੁਸਲਿਮ ਔਰਤ ਭਾਰਤ ਦੇ ਵਿੱਚ ਹੋਈ ਹੈ ਉਹਨਾਂ ਦੇ ਸਟੈਚੂ ਲਗਵਾ ਰਹੇ ਹਾਂ ਔਰ ਉਹ ਕਹਿੰਦੇ ਸੀ ਮੇਰੀ ਦਿਲੀ ਤਮੰਨਾ ਹੈ ਕਿ ਮੈਂ ਉਹਨਾਂ ਸਟੈਚੂਜ਼ ਦਾ ਉਦਘਾਟਨ ਆਪਣੀ ਮਾਤਾ ਜੀਤ ਕੌਰ ਦੇ ਹੱਥੋਂ ਕਰਾਵਾਂ। ਬਟ ਸੰਸਾਰ ਦਾ ਨਿਯਮ ਹੈ ਕਿ ਜੋ ਵੀ ਜੀਵ ਇਸ ਸੰਸਾਰ ਦੇ ਵਿੱਚ ਆਉਂਦਾ ਹੈ ਉਹਨੇ ਇੱਕ ਦਿਨ ਜਾਣਾ ਹੈ ਕਿਉਂਕਿ ਤਥਾਗਤ ਬੁੱਧ ਨੇ ਕਿਹਾ ਹੈ ਕਿ ਨਥਿੰਗ ਇਜ਼ ਪਰਮਾਨੈਂਟ ਦੇਅਰ ਹਰ ਛਣ ਹਰ ਛਿਣ ਇਸ ਸੰਸਾਰ ਦੇ ਵਿੱਚ ਪਰਿਵਰਤਨ ਆ ਰਿਹਾ ਹੈ। ਜਿਹੜੀ ਵੀ ਚੀਜ਼ ਇਸ ਸੰਸਾਰ ਦੇ ਵਿੱਚ ਉਤਪੰਨ ਹੋਈ ਹੈ ਉਹਨੇ ਨਸ਼ਟ ਹੋਣਾ ਹੈ। ਇਸ ਸ੍ਰਿਸ਼ਟੀ ਦੇ ਨਿਯਮ ਦੇ ਵਿੱਚੋਂ ਲੰਘਦਿਆਂ ਹੋਇਆਂ ਮਾਤਾ ਜੀਤ ਕੌਰ ਸਰੀਰਕ ਤੌਰ 'ਤੇ ਭਾਵੇਂ ਸਾਡੇ ਦਰਮਿਆਨ ਨਹੀਂ ਰਹੇ ਹਨ ਪਰ ਉਹਨਾਂ ਦੇ ਜਿਹੜੇ ਸੰਤਾਨ ਹੈ ਉਹਨਾਂ ਦੇ ਲੜਕੇ ਨੇ ਬੇਟੇ ਨੇ ਪੋਤੇ ਨੇ ਪੋਤੀਆਂ ਨੇ ਉਹ ਜਿਹੜੇ ਸਾਡੇ ਮਾਨਵਤਾਵਾਦੀ ਮਹਾਂਪੁਰਸ਼ਾਂ ਦਾ ਮਿਸ਼ਨ ਸੀ ਸਤਿਗੁਰੂ ਰਵਿਦਾਸ ਜੀ ਦਾ ਮਿਸ਼ਨ ਸੀ ਕਿ ਬੇਗਮਪੁਰਾ ਸ਼ਹਿਰ ਕੋ ਨਾਓ ਐਸਾ ਚਾਹੂ ਰਾਜ ਮੈਂ। ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਿਹੜਾ ਸੁਪਨਾ ਸੀ ਕਿ ਮੈਂ ਇਸ ਦੇਸ਼ ਦੇ ਵਿੱਚ ਬਹੁਜਨ ਸਮਾਜ ਦੇ ਲੋਕਾਂ ਨੂੰ ਸ਼ਾਸਕ ਜਮਾਤ ਦੇਖਣਾ ਚਾਹੁੰਦਾ ਹਾਂ। ਮਾਨਯਵਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਿਹੜਾ ਸੁਪਨਾ ਸੀ ਕਿ ਮੈਂ ਇਸ ਦੇਸ਼ ਦੇ ਵਿੱਚ ਸਮਰਾਟ ਅਸ਼ੋਕ ਦੇ ਰਾਜ ਭਾਗ ਨੂੰ ਮੁੜ ਸਥਾਪਿਤ ਕਰਨਾ ਚਾਹੁੰਦਾ ਹਾਂ ਉਸ ਫਲਸਫੇ ਨੂੰ ਉਸ ਸਿਧਾਂਤ ਨੂੰ ਲਾਗੂ ਕਰਨ ਦੇ ਲਈ ਸਮੁੱਚੇ ਸੰਸਾਰ ਦੇ ਵਿੱਚ ਇਸ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਸਹਿਜਲ ਸਾਹਿਬ ਦੱਸ ਕੇ ਗਏ ਕਿ ਉਹਨਾਂ ਦੇ ਮਾਸੀ ਜੀ ਸਨ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਪਿੰਡ ਦੇ ਵਿੱਚ ਮੈਂ ਚੌਥੀ ਕਿ ਪੰਜਵੀਂ ਵਾਰ ਆਇਆ ਹਾਂ। ਮੇਰੀ ਕੋਈ ਇਸ ਪਿੰਡ 'ਚ ਰਿਸ਼ਤੇਦਾਰੀ ਨਹੀਂ ਪਰ ਰਿਸ਼ਤੇਦਾਰੀ ਤੋਂ ਵੀ ਵੱਡੀ ਸਾਂਝ ਇੱਕ ਮਿਸ਼ਨਰੀ ਸਾਂਝ ਇਸ ਪਰਿਵਾਰ ਨਾਲ ਹੈ ਔਰ ਅਸੀਂ ਇੱਕ ਮਿਸ਼ਨ 'ਚ ਕੰਮ ਕਰਦੇ ਹਾਂ। ਸਾਡੇ ਦੁੱਖ ਸਾਡੇ ਸੁੱਖ ਸਾਰਿਆਂ ਦੇ ਇੱਕ ਪਰਿਵਾਰਕ ਤੌਰ 'ਤੇ ਪਰਿਵਾਰ ਵਾਂਗੂ ਖੂਨ ਦੇ ਰਿਸ਼ਤਿਆਂ ਵਾਂਗੂ ਸਾਂਝੇ ਹਨ। ਸੋ ਮੈਂ ਜ਼ਿਆਦਾ ਨਾ ਕਿਉਂਕਿ ਹੋਰ ਵੀ ਸਾਥੀਆਂ ਨੇ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰਨੇ ਹਨ ਉਹ ਹਮੇਸ਼ਾ ਵਿਚਾਰਕ ਰੂਪ ਦੇ ਵਿੱਚ ਸਾਡੇ ਦਰਮਿਆਨ ਰਹਿਣਗੇ ਔਰ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹਨਾਂ ਦੀ ਜਿਹੜੀ ਸੋਚ ਹੈ ਉਹਦੇ ਉੱਤੇ ਉਹਨਾਂ ਦੇ ਜਿਉਂਦੇ ਜੀ ਹੀ ਚੱਲ ਰਿਹਾ ਹੈ। ਮਰਨ ਤੋਂ ਬਾਅਦ ਵੀ ਜਿਉਂਦੇ ਜੀ ਹੀ ਉਹਨਾਂ ਨੇ ਬਹੁਤ ਹੀ ਲੈਂਡਮਾਰਕ ਕੰਮ ਕੀਤੇ ਨੇ। ਸਮਾਜ ਉਹਨਾਂ ਦੀ ਦੇਣ ਨੂੰ ਕਦੀ ਵੀ ਝੁਠਲਾ ਨਹੀਂ ਸਕਦਾ ਇਗਨੋਰ ਨਹੀਂ ਕਰ ਸਕਦਾ ਔਰ ਆਉਣ ਵਾਲੇ ਸਮੇਂ 'ਚ ਵੀ ਉਹਨਾਂ ਨੇ ਵੱਡੀਆਂ ਪਲੈਨਿੰਗਾਂ ਉਲੀਕੀਆਂ ਹਨ ਔਰ ਮੈਂ ਅੰਤ ਵਿੱਚ ਮੁੜ ਮਾਤਾ ਜੀਤ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੋਇਆ ਰਜ਼ਾ ਲੈਣਾ ਜੇ ਕੋਈ ਮੈਂ ਗਲਤ ਸ਼ਬਦ ਦਾ ਇਸਤੇਮਾਲ ਕਰ ਗਿਆ ਹੋਵਾਂ ਉਹਦੇ ਲਈ ਮੈਂ ਖਿਮਾ ਦਾ ਯਾਚਕ ਹਾਂ। ਜੈ ਭੀਮ ਜੈ ਭਾਰਤ ਨਮੋ ਬੁੱਧਾਇ। ਥੈਂਕ ਯੂ।